ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਪਿੰਡ ਡੇਅਰੀ ਫਾਰਮ ਵਿੱਚ। ਅੱਜ ਆਪਾਂ ਪਹੁੰਚੇ ਹਾਂ ਗੁਰੂ ਕੀ ਬਡਾਲੀ, ਜ਼ਿਲ੍ਹਾ ਅੰਮ੍ਰਿਤਸਰ, ਅਤੇ ਅੱਜ ਆਪਾਂ ਵੀਰ ਜੀ ਹੋਣਾਂ ਕੋਲ ਵੈੜਾਂ ਦਿਖਾਵਾਂਗੇ ਦੋ। ਇੱਕ ਤੋਕੜ ਗੱਭਣ ਆ ਜੀ, ਅਤੇ ਇੱਕ ਥੋੜ੍ਹਾ ਉੱਚਾ ਬੱਚਾ ਆ, ਅਤੇ ਵੀਰ ਜੀ ਹੋਣਾਂ ਨਾਲ ਗੱਲਬਾਤ ਵੀ ਕਰਾਵਾਂਗੇ। ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ, ਨੰਬਰ ਨੋਟ ਕਰ ਲਓ 8566009018। ਅਤੇ ਚੰਗੇ ਰਿਕਾਰਡ ਵਾਲੀਆਂ ਵੈੜਾਂ ਜੀ, ਅਤੇ ਗੱਲਬਾਤ ਕਰਾਵਾਂਗੇ ਵੀਰ ਜੀ ਹੋਣਾਂ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬੜਾ ਵਧੀਆ, ਤੁਸੀਂ ਸੁਣਾਓ? ਠੀਕ ਆਇਆ ਨੂੰ ਕਰਨ ਸਾਡੇ ਫਾਰਮ ਤੇ। ਠੀਕ ਹੈ ਜੀ। ਵੀਰ ਜੀ, ਸਭ ਤੋਂ ਪਹਿਲਾਂ ਆਪਣਾ ਨਾਮ, ਫੋਨ ਨੰਬਰ ਤੇ ਐਡਰੈਸ ਬੋਲ ਦਿਓ। ਨਾਮ ਹੈਗਾ ਨਵਜੋਤ ਸਿੰਘ, ਤੇ ਫੋਨ ਨੰਬਰ ਹੈਗਾ ਜੀ 88 37 82 53 17। ਠੀਕ ਹੈ ਜੀ। 8837 82 53 17। ਠੀਕ ਹੈ ਜੀ। ਤੇ ਪਿੰਡ ਹੈਗਾ ਜੀ ਗੁਰੂ ਕੀ ਬਡਾਲੀ। ਅੱਛਾ ਜੀ। ਇਹ ਹੈਗਾ ਜੀ ਛਿਆਟੇ ਦੇ ਲਾਗੇ, ਪੱਤੀ ਮਾਨਾ ਦੀ ਬੋੜੀ ਸਾਹਿਬ ਰੋਡ ਤੇ, ਸੰਗਤਪੁਰਾ ਗੁਰਦੁਆਰੇ ਦੇ ਨਾਲ ਦਾ ਪਿਆ। ਤੇ ਪਿੰਡ ਦੀ ਖਾਸੀਅਤ ਆ ਜੀ, ਛੇਵੀਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ, ਤੇ ਪੂਰਨ ਚੰਦ ਬਡਾਲੀ ਜਿਹੜੇ ਸੂਫੀ ਗਾਇਕ ਹੈ ਉਹਨਾਂ ਦਾ ਪਿੰਡ ਹੈ। ਠੀਕ ਹੈ ਜੀ, ਠੀਕ ਹੈ। ਤੇ ਕਿੰਨੇ ਪਸ਼ੂ ਸੇਲ ਕਰਨੇ ਵੀਰ ਜੀ? ਦੋ ਜੀ ਵੀਰ ਜੀ। ਠੀਕ ਹੈ। ਇੱਕ ਤੋਕੜ ਗੱਭਣ ਜੀ। ਹਾਂਜੀ। ਤੇ ਦੂਜੀ ਨੂੰ ਵੀ ਟੀਕਾ ਭਰਿਆ, ਮਹੀਨਾ ਹੋ ਗਿਆ ਉਹਦੀ, ਪਰ ਅਸੀਂ ਗਰੰਟੀ ਕੋਈ ਨਹੀਂ ਦਿੰਦੇ। ਤੇ ਡਿਟੇਲਾਂ ਦੋਵਾਂ ਦੇ ਸੀਮਨ ਦੀਆਂ ਤੇ ਡੇਟ ਐਗਜ਼ੈਕਟ ਦਵਾਂਗੇ। ਠੀਕ ਆ। ਉਹਦੇ ਪਿੱਛੇ ਬੱਚਾ ਵੀ ਹੈਗਾ। ਠੀਕ ਆ ਜੀ। ਆਹ ਬੈਡਾ ਜੀ, ਇਹਦੇ ਪਿੱਛੇ ਬੱਚਾ ਜੀ। ਤੇ ਇੱਕ ਆ ਆ ਜੀ ਤੋਕੜ ਗੱਭਣ ਬੈਡ। ਸਭ ਤੋਂ ਪਹਿਲਾਂ ਤੇ ਆਪਾਂ ਇਹਨਾਂ ਤੁਹਾਨੂੰ ਹਵਾਨਾ। ਠੀਕ ਆ। ਪਹਿਲਾ ਸੂਆ ਸੂਈ ਆ, ਸੱਜਰ ਥੱਲੇ 24 ਲੀਟਰ ਦੁੱਧ ਆ, ਹੁਣ ਵੀ ਇਸ ਵੇਲੇ 16 ਲੀਟਰ ਦੁੱਧ ਠੰਡਾ ਕਰਕੇ, ਕੋਈ ਵੀਰ ਭਰਾ 2 ਟਾਈਮ ਚੋਲੇ 3 ਟਾਈਮ ਚੋਲੇ। ਹਾਂਜੀ। ਠੀਕ ਆ। ਚੋਲਾਂ ਦੀ ਗਰੰਟੀ ਦੇਵਾਂਗੇ, ਕੰਡੇ ਤੇ ਤੋਲ ਕੇ ਕੰਡਾ ਹੀ ਉਹ ਰੱਖਿਆ ਜੀ। ਠੀਕ ਆ ਜੀ, ਠੀਕ ਆ। ਵੀਰ ਜੀ ਹੁਣੀ ਕਹਿੰਦੇ ਆ ਇਸ ਟਾਈਮ 16 ਲੀਟਰ ਦੁੱਧ ਆ ਵੈੜ ਕੋਲੋਂ, ਤੇ ਤੋਕੜ ਗੱਭਣ ਵੈੜ ਆ ਜੀ, ਤੇ ਪ੍ਰਿੰਟ ਬਹੁਤ ਸੋਹਣਾ ਵਾ, ਥਣ ਬਹੁਤ ਸੋਹਣਾ ਲੱਗਾ, ਦੇ ਸਕਦੇ ਆ। ਤੇ ਭੂਰ ਛੱਟਾਂ ਨਹੀਂ, ਤੇ ਚਾਰੇ ਥਣਾਂ 'ਚ ਇੱਕੋ ਜਿਹੀਆਂ ਧਾਰਾਂ ਹੋਣਗੀਆਂ, ਇੱਕ ਵੀ ਧਾਰ ਵੱਧ ਘੱਟ ਨਹੀਂ ਹੋਣੀ। ਠੀਕ ਆ। ਫੇਸ ਕੁਆਲਿਟੀ ਵੀ ਸੋਹਣੀ ਆ। ਠੀਕ ਆ। ਸੂਗਾ ਵੀਰ ਜੀ ਪਹਿਲਾਂ ਹੀ ਸੂਈ ਆ? ਸੂਗਾ ਪਹਿਲਾਂ ਸੂਈ ਆ ਜੀ। ਤੇ ਸੱਜਰ ਨੇ ਕਿੰਨਾ ਕੁ ਦੁੱਧ ਕੱਢਿਆ ਨੇ? ਸੱਜਰ ਨੇ 24 ਲੀਟਰ ਦੁੱਧ ਕੱਢਿਆ ਜੀ। ਠੀਕ ਆ। ਦੂਜੇ ਸੂਏ ਵਧੂਗੀ ਥੋੜੇ ਬਹੁਤ? ਜ਼ਰੂਰ ਵਧੂਗੀ ਜੀ, ਵਧੂਗੀ। ਠੀਕ ਆ, ਠੀਕ ਆ। ਇਹ ਵੇਚਣ ਦਾ ਕਾਰਨ ਇਹ ਆ ਵੀ ਸਾਡੇ ਕੋਲ 4 ਹੀ ਫਰਵਸ਼ੀਆਂ ਤਿਆਰ ਹੋ ਗਈਆਂ। ਅੱਛਾ ਜੀ। ਇਸ ਲਈ ਸਾਡਾ ਦੁੱਧ ਪੂਰਾ ਹੋ ਜਾਣਾ। ਠੀਕ ਆ, ਤੁਹਾਡਾ ਦੁੱਧ ਦਾ ਹੀ ਕੰਮ ਹੈ? ਸਾਡਾ ਦੁੱਧ ਦਾ ਹੀ ਕੰਮ ਹੈ। ਠੀਕ ਆ। ਬਾਕੀ ਕਿਸੇ ਨੇ ਜੇ ਮਤਲਬ ਕਿ ਕੋਈ ਵੀ ਵੀਰ ਆ, ਕਿਸੇ ਨੇ ਨਵਾਂ ਫਾਰਮ ਦਾ ਕੰਮ ਸ਼ੁਰੂ ਕਰਨਾ ਹੋਵੇ, ਤੇ ਉਹਨਾਂ ਲਈ ਇਹ ਵੈੜ ਬਹੁਤ ਸੋਹਣੀ ਆ, ਤੇ ਦੂਜੀ ਵੀ ਚੰਗੀ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ। ਬਾਕੀ ਇਹ ਦੋਵਾਂ ਵੈੜੀਆਂ ਦੀ ਖਾਸੀਅਤ ਇਹ ਵਾ ਕਿ ਦੋਵਾਂ ਦਾ ਦੁੱਧ ਚਿੱਟਾ ਮੱਝ ਦੇ ਦੁੱਧ ਰਗਾ। ਠੀਕ ਆ ਜੀ। ਇਹ ਥੋੜੀ ਸ਼ਾਹੀਵਾਲ ਟੱਚ ਚ ਆ ਜਾਂਦੀ। ਠੀਕ ਆ, ਠੀਕ ਆ। ਖੋਲ ਕੇ ਦਿਖਾਈਏ ਵੀਰ ਜੀ? ਜ਼ਰੂਰ। ਆ ਦੇਖ ਸਕਦੇ ਆ ਪ੍ਰਿੰਟ ਸੋਹਣਾ ਵਾ, ਤੇ ਦੂਜੇ ਸੂਏ ਸੋਹਣਾ ਜੀ ਵੈੜ ਨੇ। ਹਾਂਜੀ। ਤੇ ਅਜੇ ਵੀਰ ਜੀ ਹੋਣਾਂ ਨੇ ਇਹਨਾਂ ਨੂੰ ਸੁਰਖੀ ਪਾਊਡਰ ਨਹੀਂ ਲਾਇਆ। ਆ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਵੈੜ ਕੋਲ, ਹਾਈਟ ਵੀ ਚੰਗੀ ਆ ਵੈੜ ਦੀ। ਆ ਦੇਖ ਸਕਦੇ ਆ, ਆ ਦੇਖੋ ਜੀ ਚੰਗੀ ਸਾਂਭੀ ਵੈੜ ਆ ਜੀ। ਇਸ ਵਕਤ ਵੀਰ ਜੀ ਹੋਣੀ ਕਹਿੰਦੇ 16 ਲੀਟਰ ਦੁੱਧ ਆ, ਤੇ ਜੇ ਕਿਸੇ ਨੇ ਤੋਲ ਕੇ ਖੜਨਾ ਹੋਵੇ ਤੇ 14 ਕਿਲੋ ਤੋਲ ਕੇ ਦੇ ਦਾਂਗੇ। ਤੇ ਕੋਈ ਵੀਰ ਖੜ ਸਕਦਾ ਜੀ, ਫੋਨ ਆਪਾਂ ਨੰਬਰ ਦੇ ਦਿੱਤਾ ਵੀਰ ਜੀ ਹੋਣਾਂ ਦਾ, ਤੇ ਲੋਕੇਸ਼ਨ ਵੀਰ ਜੀ ਹੋਣਾਂ ਨੂੰ ਉਹਨਾਂ ਨੇ ਪੂਰਾ ਦੱਸਤਾ ਤੁਹਾਨੂੰ। ਫੇਸ ਦੇਖੋ ਜੀ, ਫੇਸ ਬਹੁਤ ਸੋਹਣਾ ਵੈੜ ਦਾ, ਹਾਈਟ ਵੀ ਚੰਗੀ ਆ, ਵੱਡੀ ਵੈੜ ਆ ਜੀ ਪੂਰੀ। ਆ ਦੇਖੋ ਜੀ ਤੇ ਵੀਰ ਜੀ ਉਹਨਾਂ ਦਾ ਮੁੱਲ ਬਿਲਕੁਲ ਜਾਇਜ਼ ਆ, ਤੇ ਕੋਈ ਵੀਰ ਲੈ ਕੇ ਜਾਊਗਾ ਇਹਨੂੰ, ਜਿਹਨੇ ਮੁੱਲ ਸੁਣ ਲਿਆ ਉਹ ਛੱਡੂਗਾ ਨਹੀਂ ਵੈੜ ਨੂੰ। ਵੀਰ ਜੀ ਮੁੱਲ ਦੱਸੋ ਕਿੰਨਾ ਹੈ? ਮੁੱਲ ਤਾਂ 35,000 ਕਰਦੇ ਆ ਜੀ। ਠੀਕ ਆ ਜੀ। ਮਾਣਦਾਨ ਕਰੋਗੇ ਮੌਕੇ ਥੋੜਾ ਬਹੁਤ ਛੋਟਾ ਛੱਡਾ ਕਰਦਾ? ਠੀਕ ਆ ਜੀ। ਤੇ ਬਾਕੀ ਇਹ ਪਹਾੜੇ ਪੂੜੇ ਤੇ ਨਹੀਂ ਲੱਗੀ ਆ। ਅੱਛਾ ਜੀ। ਅਸੀਂ ਪੱਠਿਆਂ ਦੇ ਨਾਲ ਹੀ ਵੰਡ ਪਾ ਦਿੰਦੇ ਆ। ਠੀਕ ਆ। ਤੇ ਵੰਗਾ ਪਾ ਕੇ ਜਿਹੜਾ ਮਰਜ਼ੀ ਵੀਰ ਜੀ ਦਾ ਮਰਜ਼ੀ ਜਦੋਂ ਮਰਜ਼ੀ ਪਾ ਜੀ। ਠੀਕ ਆ। ਠੀਕ ਆ ਜੀ। ਆ ਵੈੜ ਆ ਜੀ, ਤੇ ਆਪਣੀ ਵੀਰ ਜੀ ਕੋਈ ਵੀ ਤਸੱਲੀ ਨਾਲ ਲੈ ਕੇ ਜਾਵੇ ਜੀ। ਦੂਜੇ ਨੰਬਰ 'ਤੇ ਇੱਕ ਹੋਰ ਵੈੜ ਆ, ਉਹਦੀ ਵੀ ਆਪਾਂ ਡਿਟੇਲ ਲਵਾਂਗੇ ਵੀਰ ਕੋ, ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਈਏ ਕਿ ਆਹ ਬੱਚਾ ਇਹਦਾ, ਤੇ ਇਹਦਾ ਵੀ ਫੇਸ ਚੰਗਾ ਜੀ, ਥਣ ਇਹਦਾ ਵੀ ਬਹੁਤ ਸੋਹਣਾ ਲੱਗਾ।
ਆ ਦੇਖ ਸਕਦੇ ਆ ਹਵਾਨਾ ਵੀ ਚੰਗਾ ਭਰਿਆ ਜੀ, ਪ੍ਰਿੰਟ ਬਹੁਤ ਸੋਹਣਾ ਬੈਡ ਦਾ। ਇਹ ਸੂਈ ਜੇ 2.5 ਮਹੀਨਿਆਂ ਦੀ। ਅੱਛਾ ਜੀ, ਤੇ ਬਾਕੀ ਕੋਈ ਆਪਣੀ ਸਮਝਣਾ ਖੜੇ, ਤਿੰਨਾਂ ਦੀ ਸਮਝੇਗੇ, ਦੋਵਾਂ ਦੀ ਸਮਝੇਗੇ, ਵੇਖੋ ਜੀ ਆਪੋ ਆਪਣੀ ਸਮਝਿਆ। ਹਾਂਜੀ, ਬਾਕੀ ਤੁਹਾਡੀ ਸਾਂਭ ਵੀ ਜ਼ਿਆਦੀ ਆ, ਤੇ ਕਈ ਵਾਰਾਂ ਸਾਂਭ ਜ਼ਿਆਦੀ ਹੋਣ ਨਾਲ ਬੱਚਾ ਜ਼ਿਆਦਾ ਵੱਡਾ ਹੋ ਜਾਂਦਾ। ਬੱਚੇ ਅਸੀਂ ਸਾਰੇ ਰੱਖਦੇ ਹਾਂ, ਵੇਖ ਲਓ 4-5 ਬੱਚੇ। ਹਾਂਜੀ ਹਾਂਜੀ, ਉਹੀ ਮੈਂ ਦੇਖ, ਅਸੀਂ ਦੇਖਣ ਡੇ ਬੱਚੇ ਵੀ ਰੱਖੇ ਸੀ। ਹਾਂਜੀ, ਇਹ ਕੰਮ ਹੁੰਦਾ। ਹਾਂਜੀ, ਬਿਲਕੁਲ ਬਿਲਕੁਲ, ਇਹਦਾ ਵੀਰ ਜੀ ਸੂਆ ਕਿਨਵਾ? ਇਹ ਦੂਜੇ ਸੂਏ ਜੀ, ਤੀਜੇ ਸੂਏ ਲਈ ਇਹਨੂੰ ਟੀਕਾ ਭਰਿਆ ਗਿਆ। ਅੱਛਾ ਜੀ, ਆ ਥਾਣ ਇੱਕ ਵਾਰ ਫੇਰ ਦੇਖ ਸਕਦੇ ਆ ਤੁਸੀਂ, ਚੰਗੇ ਥਾਣ ਮੋਟਾ ਲੱਗਾ ਜੀ, ਬਹੁਤ ਵੱਡਾ ਥਾਣਾ ਜੀ, ਤੇ ਪ੍ਰਿੰਟ ਵੀ ਚੰਗਾ ਵਾ ਬੈਡ ਕੋਲ, ਤੇ ਸਾਂਭੀ ਵੀ ਤਗੜੀ, ਕੱਦ ਵੀ ਚੰਗਾ ਜੀ, ਹਾਈਟ ਕਾਫੀ ਵੱਡੀ ਹੈ। ਅੱਛਾ ਜੀ, ਇਹਦੇ ਕੋਲ ਦੁੱਧ ਕਿੰਨਾ ਵੀਰ ਜੀ? ਇਹਦੇ ਕੋਲ ਇਹਦੇ ਥੱਲੇ 18 ਲੀਟਰ ਦੁੱਧ। ਠੀਕ ਹੈ, ਸੱਜਰ ਨੇ ਕਿੰਨਾ ਕੱਢਿਆ? ਸੱਜਰ ਨੇ 24-25 ਲੀਟਰ ਦੁੱਧ ਇਹਨੇ ਕੱਢਿਆ। ਠੀਕ ਹੈ ਜੀ, ਸਹੀ। ਇਹ ਵਾ ਵੀ ਆਪਣੀ ਕੋਈ ਬੰਦਾ 2 ਟਾਈਮ 3 ਟਾਈਮ 4 ਟਾਈਮ ਆਪਣੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ, ਜਿੰਨੇ ਵੀ ਲੈ ਕੇ ਜਾਣੀ ਆ ਤਸੱਲੀ ਕਰੇ ਪਹਿਲਾਂ। ਇਹੀ ਚਾਹੁੰਦੇ ਮਸ਼ੀਨ ਦਾ। ਠੀਕ ਆ, ਠੀਕ ਠੀਕ, ਇਹਨੂੰ ਟੀਕੇ ਲੱਗੇ ਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ? ਇਹਨੂੰ ਵੀਰ ਜੀ ਹੋ ਗਏ ਜੇ ਮਹੀਨਾ ਹੈ। ਅੱਛਾ, ਮਹੀਨਾ ਦੇ 3 ਕੁ ਦਿਨ ਹੋ ਗਏ, ਡੇਟ ਲਿਖੀ ਆ, ਕੋਈ ਗੱਲ ਨਹੀਂ ਵੀਰ, ਫੋਨ ਕਰਦੇ ਅਸੀਂ ਦੱਸ ਦਾਂਗੇ। ਠੀਕ ਆ, ਤੇ ਇਹ ਗੱਬਣ ਨਿਕਲੂ ਕਿਦਾਂ? ਵੇਖੋ ਜੀ, ਬੋਲੀ ਬਾਲੀ ਤੇ ਨਹੀਂ, ਨਾ ਇਹਨੇ ਨਾਲ ਹੀ ਕੀਤੇ। ਅੱਛਾ ਜੀ, ਹਾਂਜੀ ਹਾਂਜੀ, ਅਸੀਂ 2 ਮਹੀਨਿਆਂ ਤੋਂ ਪਹਿਲਾਂ ਚੈੱਕ ਨਹੀਂ ਕਰਾਉਂਦੇ। ਠੀਕ, ਡਾਕਟਰ ਕਹਿ ਦਿੰਦੇ ਆ 40 ਦਿਨਾਂ ਦੀ ਕਰ ਦਾਂਗੇ, ਅੱਗੇ ਕੱਲ ਨੂੰ ਕੋਈ ਲਾਮਾ ਹੋ ਜੇ। ਹਾਂਜੀ ਹਾਂਜੀ, ਆਪਣਾ ਵਪਾਰ ਦਾ ਕੰਮ ਨਹੀਂ ਹੈ, ਆਪਣੀਆਂ ਘਰ ਦੀਆਂ ਵੈਰਾਂ, ਤਕਰੀਬਨ ਸੂਈ ਆ ਬੈਡ ਕੋਲ, ਤੇ ਇਸ ਵਕਤ 18 ਲੀਟਰ ਦੁੱਧ ਆ। ਖੋਲ ਕੇ ਦਿਖਾ ਦੋ ਵੀਰ ਜੀ, ਪ੍ਰਿੰਟ ਬਹੁਤ ਸੋਹਣਾ ਜੀ, ਆਹ ਦੇਖ ਸਕਦੇ ਆ, ਫੇਸ ਕੁਆਲਿਟੀ ਬਹੁਤ ਸੋਹਣੀ ਆ ਬੈਡ ਦੀ, ਵੱਡੀ ਬੈਡ ਆ ਜੀ, ਆਹ ਦੇਖੋ ਜੀ, ਦੂਜਾ ਸੂਆ ਬੈਡ ਦਾ, ਤੇ 18 ਲੀਟਰ ਦੁੱਧ ਆ ਜੀ, ਹਵਾਨਾ ਦੇਖੋ ਬਹੁਤ ਸੋਹਣਾ, ਤੇ 1 ਮਹੀਨਾ ਹੋ ਗਿਆ ਵੀਰ ਜੀ ਹੁਣੀ ਕਹਿੰਦੇ ਆ ਕਿ ਇਹਨੂੰ ਟੀਕਾ ਲੱਗਾ, ਬਾਕੀ ਅਸੀਂ ਕਹਿੰਦੇ ਕਿ ਖਾਲੀ ਕਹਿ ਕੇ ਦੇਣੀ ਆ। ਹਾਂਜੀ ਹਾਂਜੀ ਹਾਂਜੀ, ਇਹ ਟਾਈਮ ਇਸ ਵਕਤ 1:30 ਦਾ ਟਾਈਮ ਆ ਜੀ, 4:15 ਹੋ ਗਏ ਆ ਜੀ। ਠੀਕ ਠੀਕ ਆ ਜੀ, ਵੱਡੀ ਵੈੜ ਆ ਜੀ। ਕੋਈ ਵੀਰ ਜਿਹਨੇ ਨਵਾਂ ਫਾਰਮ ਦਾ ਕੰਮ ਕਰਨਾ, ਜਿਹਨੇ ਡੇਅਰੀ ਫਾਰਮਿੰਗ ਕਰਨੀ ਆ, ਉਹ ਵੀਰ ਇਹਨਾਂ ਵੀਰਾਂ ਨਾਲ ਕੰਟੈਕਟ ਕਰ ਸਕਦਾ ਜੀ, ਫੋਨ ਕਰ ਸਕਦਾ, ਅਤੇ ਵੈੜਾਂ ਨੂੰ ਖਰੀਦ ਸਕਦਾ। ਵੀਰ ਜੀ ਹੁਣੀ ਕਹਿੰਦੇ ਆ ਕਿ ਸਾਡੇ ਕੋਲ ਨਵੀਆਂ ਵੱਛੀਆਂ ਤਿਆਰ ਹੋ ਗਈਆਂ, ਤਾਂ ਕਰਕੇ ਅਸੀਂ ਇਹਨਾਂ ਨੂੰ ਦੇ ਦੇਣਾ। ਹਾਂਜੀ ਹਾਂਜੀ, ਨਾੜਾਂ ਕਾਫੀ ਆ, ਆਹ ਦੇਖੋ ਜੀ, ਨਾੜਾਂ ਦੇਖੋ ਕਿੱਡੀ ਮੋਟੀ ਨਾੜ ਲੱਗੀ ਆ ਦੁੱਧ ਵਾਲੀ। ਠੀਕ ਆ ਜੀ, ਦੂਜੇ ਪਾਸੇ ਦਿਖਾ ਦਿੰਦੇ ਹਾਂ ਆਪਾਂ, ਆਹ ਦੇਖੋ ਜੀ, ਨਾੜਾਂ ਵਾਨੇ ਦੇ ਦੇਖ ਸਕਦੇ ਹਾਂ, ਮੋਟੀਆਂ ਮੋਟੀਆਂ ਨਾੜਾਂ, ਫੇਸ ਕੁਆਲਿਟੀ ਬਹੁਤ ਸੋਹਣੀ ਆ। ਠੀਕ ਆ ਵੀਰ ਜੀ, ਇਹਦਾ ਦੱਸੋ ਮੁੱਲ ਕਿੰਨਾ, ਜਾਇਜ਼ ਜਿਹਾ ਦੱਸਿਓ। 45,000। ਸਿਰਫ 45,000? ਮਾਣ ਤਾਣ ਕਿੰਨਾ ਕਰੋਗੇ? ਕੋਈ ਨਹੀਂ, ਫੋਨ ਕਰ ਲਏ ਮੌਕੇ ਤੇ ਮਾਣ ਤਾਣ ਕਰ ਲਾਂਗੇ। ਠੀਕ ਆ, ਹੋਰ ਕੋਈ ਗੱਲ? ਆਹ ਵੈੜ, ਉਹ ਤਾਂ ਵੈੜ ਸਾਡੀ ਪਹਿਲੇ ਸੂਏ ਆ। ਹਾਂਜੀ ਠੀਕ ਆ, ਬਾਕੀ ਗਾਈ ਸਾਡੀ ਕੋਈ ਵੀ ਦੁੱਧੋ ਨਹੀਂ ਭਜਦੀ, ਆਪ ਛੱਡਣੀ ਪੈਂਦੀ ਡਰਾਈ ਫੀਡ ਪਾ ਕੇ। ਠੀਕ ਹੈ ਠੀਕ ਹੈ ਠੀਕ ਹੈ, ਭਾਵੇਂ ਜੇ ਕੋਈ ਜ਼ਿਆਦਾ ਤੰਗੀ ਆ ਤੇ 9 ਮਹੀਨੇ ਚੋਵੇ। ਠੀਕ ਹੈ ਜੀ, ਸਹੀ ਹੈ ਵੀ ਦੁੱਧ ਦਹੀਂ ਜਾਂਦੀਆਂ, ਦਹੀਂ ਜਾਂਦੀਆਂ, ਸੇਵਾ ਕਰੀਆ ਤੇ ਦੁੱਧ, ਜਿੰਨੀ ਸੇਵਾ ਕਰੋਗੇ ਉਹਨਾਂ ਦੁੱਧ ਚੋਲੋਗੇ, ਬਾਕੀ ਇਹ ਕਰਮ ਵਾਲੀਆਂ ਤੁਕੜਾਂ ਹੁੰਦੀਆਂ ਹੀ ਨਹੀਂ। ਬਿਲਕੁਲ ਜੀ ਬਿਲਕੁਲ, ਤੇ ਬਾਕੀ ਹੋਰ ਕੋਈ ਗੱਲਬਾਤ ਦੱਸਣੀ ਹੋਵੇ ਵੀਰ ਜੀ? ਬਸ ਜੀ, ਕੋਈ ਗੱਲ ਨਹੀਂ, ਕੋਈ ਜਦੋਂ ਮਰਜ਼ੀ ਫੋਨ ਕਰੇ। ਠੀਕ ਹੈ, ਠੀਕ ਹੈ ਜੀ, ਸਹੀ ਹੈ, ਅਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਵੀਰ, ਅਤੇ 2 ਹੀ ਵੈੜਾਂ ਵੀਰ ਜੀ ਉਹਨਾਂ ਨੇ ਸੇਲ ਕੀਤੀਆਂ ਵਾ, ਅਤੇ ਕੋਈ ਵੀਰ ਫੋਨ ਕਰ ਸਕਦਾ ਵੀਰ ਜੀ ਉਹਨਾਂ ਨੂੰ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ, ਧੰਨਵਾਦ ਜੀ।